ਮੜ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਘੱਟ ਜਾਣ ਦੇ ਕਾਰਨ ਉੱਥੇ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੁੱਖ ਮੰਤਰੀ ਪੰਜਾਬ ਦੀਆਂ ਹਿਦਾਇਤਾਂ ਤੇ ਮਨਰੇਗਾ ਦੇ 2000 ਕਰਮਚਾਰੀ ਭੇਜੇ ਜਾ ਰਹੇ ਹਨ ਤਾਂ ਜੋ ਉਹ ਉੱਥੇ ਜਾ ਕੇ ਸਫਾਈ ਕਰਨ ਤੇ ਇਹ ਸੇਵਾ ਕਰਮਚਾਰੀਆਂ ਦੀ ਸਭ ਤੋਂ ਵੱਡੀ ਸੇਵਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ। ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਤੋਂ ਪੀੜਿਤ ਖੇਤਰਾਂ ਨੂੰ 2000 ਮਨਰੇਗਾ ਮਜ਼ਦੂਰਾਂ ਨੂੰ ਰਵਾਨਾ ਕਰਨ ਸਮੇਂ ਕੀਤਾ। ਇਸ ਮੌਕੇ ਉਹਨਾਂ ਸਫਾਈ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਜਾ ਕੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਇਸ ਤੋਂ ਉਪਰੰਤ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਨੇ ਰਾਹਤ ਕੈਂਪਾਂ ਵਿੱਚ ਜਾ ਕੇ ਆਮ ਲੋਕਾਂ ਨਾਲ ਗੱਲਬਾਤ ਕਰ ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ, ਜਦਕਿ ਮੈਡੀਕਲ ਸੁਵਿਧਾਵਾਂ ਜਿਨ੍ਹਾਂ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਸਨ ਨੂੰ ਵੀ ਚੈੱਕ ਕੀਤਾ ਅਤੇ ਟੀਮਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਕਿਸੇ ਵੀ ਬਿਮਾਰ ਦੇ ਇਲਾਜ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਦੌਰਾਨ ਸੜਕੀ ਮਾਰਗ ਜੋ ਟੁੱਟ ਚੁੱਕੇ ਹਨ ਦਾ ਵੀ ਵਿਸ਼ੇਸ਼ ਵਾਹਨ ਵਿੱਚ ਸਵਾਰ ਹੋ ਕੇ ਜਾਇਜ਼ਾ ਲਿਆ। ਇਸ ਮੌਕੇ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਮੁਆਵਜ਼ੇ ਦੀ ਰਾਸ਼ੀ ਤੇ ਉਸਦੀ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੋਵੇਗੀ। ਸਰਕਾਰ ਨੇ ਪਾਣੀ ਆਉਣ ਤੋਂ 3 ਦਿਨ ਪਹਿਲਾਂ ਭਰਵਾਣਾ ਤੇ ਇੱਕ ਇੱਥੇ ਬੇਸ ਕੈਂਪ ਬਣਾਤਾ ਸੀ, ਦੂਸਰਾ ਭਾਗੋਰਾਈਆਂ ਬਣਾਤਾ ਸੀਗਾ। ਔਰ ਇਹ ਦੋਨਾਂ ਦੇ ਵਿੱਚ ਡਾਕਟਰ, ਸਾਰੀਆਂ ਟੀਮਾਂ ਤੋਂ ਮੈਡੀਸਨ, ਹਰ ਚੀਜ਼ ਜਿਹੜੀ ਅਵੇਲੇਬਲ ਸੀਗੀ। ਉਹ ਹੁਣ ਪਾਣੀ ਜਿਹੜਾ ਕੁਦਰਤੀ ਜਿਹੜੀ ਮਾਰ ਪੈ ਗਈ ਆ ਦੂਸਰੀ ਸਾਈਡ ਤੋਂ, ਤਾਂ ਸਰਕਾਰ ਨੇ ਜਿੰਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਨਹੀਂ ਵੇਖਿਆ ਜਿੰਨਾ ਮੁੱਖ ਮੰਤਰੀ ਸਾਹਿਬ ਨੇ ਐਤਕੀ ਸਾਡੇ ਪੰਜਾਬ ਸਰਕਾਰ ਨੇ ਰਿਲੀਫ ਦਿੱਤੀ ਹੈ ਨਾ। ਨਹੀਂ ਤਾਂ ਹੁੰਦਾ ਸੀ ਪਹਿਲਾਂ ਕਦੇ ਹੜ੍ਹ ਆਉਂਦੇ, ਸਾਰੇ ਹੜ੍ਹ ਅਸੀਂ ਦੇਖੇ ਇੱਥੇ। ਔਰ ਵੱਧ ਤੋਂ ਵੱਧ 10 ਦਿਨ ਬਾਅਦ ਇੱਕ ਪਟਵਾਰੀ ਆਉਂਦਾ ਸੀ ਅਤੇ ਉਹ ਖਰਾਬਾ ਲਿਖ ਕੇ ਲੈ ਜਾਂਦਾ ਸੀ, ਹੋਰ ਕੋਈ ਪ੍ਰਬੰਧ ਨਹੀਂ। ਹੁਣ ਦੱਸਿਆ ਡੀ ਸਾਹਿਬ ਨੇ ਇੰਨੇ ਪ੍ਰਬੰਧ, ਹੁਣ ਜਿਹੜੇ ਕਈ ਰੌਲਾ ਤਾਂ ਪਾਉਂਦੇ ਆ ਚੈਨਲ ਜਿਹੜੇ, ਸਿਰਫ ਇਸੇ ਕਰਕੇ ਹੀ ਆਉਂਦੇ ਆ ਵੀ ਸਰਕਾਰ ਦੀ ਭੰਡੀ ਕੀਤੀ ਜਾਵੇ। ਪਰ ਲੋਕਾਂ ਨੂੰ ਸਭ ਪਤਾ ਆ ਔਰ ਲੋਕ ਇਸ ਚੀਜ਼ ਤੋਂ ਪੂਰੇ ਤਸੱਲੀ ਬਖਸ਼ ਤਰੀਕੇ ਨਾਲ ਜਿਹੜੇ ਬੈਠੇ ਆ, ਔਰ ਜਿਹੜੇ ਵਿਰੋਧਤਾ ਕਰਨ ਵਾਲੇ ਆਉਣੇ ਆ ਲੋਕ, ਉਹ ਤਾਂ ਤੁਹਾਨੂੰ ਪਤਾ, ਉਹਨਾਂ ਨੂੰ ਵੀ ਬੇਨਤੀ ਆ ਵੀ ਇਹੋ ਜਿਹੇ ਕੰਮ 'ਚ ਜਿਹੜਾ ਪੋਜ਼ਿਟਿਵ ਰੋਲ ਅਦਾ ਕਰੋ ਔਰ ਲੋਕਾਂ ਨੂੰ ਸਹੀ ਸਹੂਲਤ ਜਿਹੜੀ ਲੋਕਾਂ ਤੱਕ ਪਹੁੰਚੇ। ਇਹਨੂੰ ਆਪਾਂ ਕਿਸੇ ਨਾਲ ਸਿਆਸੀ ਦੁਸ਼ਮਣੀ ਕਹਿ ਦਈਏ ਜਾਂ ਕੁਛ ਕਹਿ ਲਈਏ, ਉਹ ਕੱਢਣ ਦੀ ਕੋਸ਼ਿਸ਼ ਨਾ ਕਰੀਏ। ਇੱਥੇ ਤਾਂ ਪਾਰਟੀਆਂ ਦਾ ਸਵਾਲ ਨਹੀਂ, ਹੜ੍ਹ ਕਾਂਗਰਸ ਜਾਂ ਅਕਾਲੀ ਦੇਖ ਕੇ ਨਹੀਂ ਆਉਂਦਾ, ਇਹ ਤਾਂ ਸਾਰੇ ਆਮ ਲੋਕ ਜਿਹੜੇ ਉਹਨਾਂ ਪ੍ਰਭਾਵਿਤ ਹੋਏ ਆ। ਔਰ ਇਹ ਬੜੀ ਜਲਦੀ ਜਿੱਦਾਂ ਹੁਣ ਇੰਨਾ ਪ੍ਰਬੰਧ ਕੀਤਾ 2000 ਬੰਦੇ ਦਾ, ਹੁਣ ਜਿਹੜਾ ਗੰਦਗੀ ਜਿਹੜੀ ਪੈ ਗਈ ਨਾ, ਬਹੁਤ ਪਾਣੀ ਦੀ ਸਮੈਲ ਬੜੀ ਆ ਰਹੀ ਆ, ਉਹ ਸਫਾਈ ਬਹੁਤ ਜ਼ਰੂਰੀ ਸੀ। ਇਹ ਡੀ ਸਾਹਿਬ ਨੇ ਬੜੀ ਹਿੰਮਤ ਕੀਤੀ ਆ ਵੀ ਜਿਹੜਾ 2000 ਬੰਦਾ ਕਰਕੇ 100-100 ਬੰਦਾ ਪਿੰਡ 'ਚ ਲਾਉਣਾ। ਔਰ 20 ਪਿੰਡ ਆ ਸਾਡੇ, ਕੋਈ ਇੱਥੇ ਗੱਲ ਕਰਦੇ ਚੈਨਲ ਵਾਲੇ ਜੋ ਫਲਾਣੇ ਪਿੰਡ ਕੋਈ ਨਹੀਂ ਗਿਆ, ਉੱਥੇ ਨਹੀਂ ਕੋਈ ਗਿਆ, ਡੇਲੀ ਆ ਇੱਕ ਗਰੁੱਪ ਬਣਿਆ ਸਾਡਾ, ਘੰਟੇ ਘੰਟੇ ਬਾਅਦ ਉੱਤੇ ਜਿਹੜੀ ਆ ਪੋਸਟ ਪੈਂਦੀ ਹੈ ਵੀ ਮੈਂ ਇੱਥੇ ਹਾਂ, ਡਾਕਟਰ ਕਹਿੰਦੇ, ਦੂਜੇ ਕਹਿੰਦੇ ਇੱਥੇ ਹਾਂ, ਅਸੀਂ ਆਹ ਕਰ ਰਹੇ ਹਾਂ। ਇਹ ਕੋਈ ਇਹੋ ਜਿਹੀ ਗੱਲ ਨਹੀਂ, ਔਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਜਿਹੜੇ ਖੜ੍ਹੀ ਹੈ ਮੋਢੇ ਨਾਲ ਮੋਢਾ ਜੋੜ ਕੇ। ਔਰ ਜਿਹੜੇ ਫਸਲਾਂ ਦੀ ਗਿਰਦਾਵਰੀ ਦੇ ਵੀ ਹੁਕਮ ਆ ਗਏ ਆ, ਪੂਰੇ ਮਿਲਣਗੇ ਸਾਰਿਆਂ ਨੂੰ, ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ। ਕੱਲ੍ਹ ਤੁਸੀਂ ਖਰਾਬੇ ਦੀ ਕੀਤੀ ਹੈ, ਮੁਆਵਜ਼ੇ ਦੀ ਗੱਲ ਕੀਤੀ ਹੈ, ਤਾਂ ਇਹਦੇ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਕੁਛ ਲੋਕ ਕਿ ਇਹ ਮੁਆਵਜ਼ਾ ਲੋਕਾਂ 'ਚ ਮਿਲੇਗਾ ਨਹੀਂ, ਪਹੁੰਚੇਗਾ ਨਹੀਂ। ਇਹਦੇ ਲੋਕ ਇੱਥੇ ਤੱਕ ਕੁਛ ਕਹਿ ਰਹੇ ਨੇ, ਚਾਹੇ ਸਿਆਸੀ ਬਿਆਨਬਾਜ਼ੀ ਹੈ, ਕਿ ਇਹਦਾ ਫਾਇਦਾ ਲੈਣ ਲਈ, ਹੜ੍ਹ ਦਾ ਫਾਇਦਾ ਲੈਣ ਲਈ ਤੁਸੀਂ ਕੀ ਕਹਿੰਦੇ ਹੋ ਸਰਕਾਰ ਨੂੰ, ਕੀ ਜਵਾਬ? ਦੇਖੋ, ਸਰਕਾਰ ਵੱਲੋਂ ਮੈਂ ਅੱਗੇ ਗੱਲ ਦੱਸੀ ਨਾ ਵੀ ਐਤਕੀ ਜਿੰਨਾ ਸਰਕਾਰ ਨੇ ਕੀਤਾ ਇੰਨਾ ਕਦੀ ਨਹੀਂ ਕੀਤਾ। ਇਹ ਤਾਂ ਹੁਣ ਡੀਸੀ ਸਾਹਿਬ ਨੂੰ ਸਾਡੀ ਜਿਹੜੀ ਉਹ ਗੱਲ ਹੋਈ ਆ ਵੀ ਐਤਕੀ ਖਰਾਬਾ, ਇਹ ਨਹੀਂ ਵੀ ਇੱਕ ਬੰਦਾ ਜਾ ਕੇ ਲਿਖ ਆਊ ਕਰਾਊਗਾ। SDM ਸਾਹਿਬ ਆ ਸਾਡੇ, ADC ਸਾਹਿਬ ਆ, BDO ਸਾਹਿਬ ਆ, ਇਹ ਅਫਸਰ ਆਪ ਜਿਹੜੇ ਦੇਖ ਕੇ ਉੱਥੇ ਵੀ ਕਿਹਦਾ ਕਿਹਦਾ ਹੋ ਸਹੀ ਹੋਇਆ ਉਹ ਚੈੱਕ ਕਰਕੇ ਮਿਲੂਗਾ, ਕਿਸੇ ਦੇ ਕੋਲ ਨਹੀਂ ਰਹਿ ਜਾਣਾ ਇਹ ਜਿਹੜਾ ਪੂਰੇ ਦਾ ਪੂਰਾ ਜਿੱਦਾਂ ਹੁਣ ਚੈੱਕ ਕਰ ਰਿਹਾ ਸਾਰਾ ਕੁਛ, ਇੱਦਾਂ ਹੀ ਖਰਾਬਾ ਚੈੱਕ ਕਰਾਂਗੇ ਵੀ ਹਾਂ ਵੀ ਤੁਹਾਨੂੰ ਪਿੰਡ 'ਚ ਫਲਾਣੇ ਫਲਾਣੇ ਨੂੰ ਮਿਲ ਗਿਆ, ਸਾਰਿਆਂ ਕੋਲ ਸਾਡੇ ਨੰਬਰ ਆ, ਰੋਜ਼ ਫੋਨ ਕਰਦੇ, ਖਾਤੇ 'ਚ ਆਉਣਾ ਪੈਸਾ। ਇਹ ਕੋਈ ਇਹੋ ਜਿਹੀ ਗੱਲ ਨਹੀਂ ਵੀ ਹੁਣ ਖਰਾਬਾ ਕਿਤੇ ਰਾਹ 'ਚ ਰਹਿ ਜੂਗਾ, ਮਤਲਬ ਹੀ ਨਹੀਂ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀਨੀਅਰ DPS ਖਰਬੰਦਾ ਨੇ ਦੱਸਿਆ ਕਿ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ 20 ਪਿੰਡਾਂ ਵਿੱਚੋਂ ਹਰ ਪਿੰਡ ਵਿੱਚ 100 ਸਫਾਈ ਕਰਮਚਾਰੀ ਜਾ ਕੇ ਸਫਾਈ ਕਰਨਗੇ ਤੇ ਪਾਣੀ ਦੇ ਹੇਠੋਂ ਗਾਰ ਕੱਢ ਕੇ ਪਿੰਡ ਦੇ ਬਾਹਰ ਇੱਕ ਨਿਸ਼ਚਿਤ ਪੰਚਾਇਤੀ ਜਾਂ ਹੋਰ ਸਥਾਨ ਤੇ ਸੁੱਟਣਗੇ। ਅੱਜ ਤੁਸੀਂ ਦੇਖ ਰਹੇ ਹੋ ਤਕਰੀਬਨ ਸਾਡੇ ਕੋਲ 20 ਪਿੰਡ ਨੇ, 2000 ਅਸੀਂ ਲੇਬਰ ਜਿਹੜੀ ਹੈ ਸਾਰੇ ਜ਼ਿਲ੍ਹੇ ਤੋਂ ਇਕੱਠੀ ਕੀਤੀ ਹੈ। ਤਕਰੀਬਨ 500 ਲੇਬਰ ਪਿੰਡਾਂ 'ਚ ਪਹਿਲਾਂ ਮੌਜੂਦ ਹੈ, ਉਹ ਨਾਲ ਰਲੇਗੀ। ਇਹਨਾਂ ਨੂੰ ਅਸੀਂ ਫੌਜਾਂ ਸਾਡੀਆਂ ਤਿਆਰ ਹੋਈਆਂ, ਅਸੀਂ 20 ਪਿੰਡ ਯਾਨੀ ਕਿ ਇੱਕ ਪਿੰਡ ਪਿੱਛੇ 100 ਜਿਹੜਾ ਲੇਬਰ ਦਾ ਉਹ ਤਿਆਰ ਕੀਤਾ, ਉਹਨੂੰ ਅਸੀਂ ਆਪਣਾ ਝਾੜੂ ਅਸੀਂ ਤਿਆਰ ਕਰ ਲਏ ਨੇ, ਦੈਨ ਗੈਂਤੀਆਂ, ਦੈਨ ਬੇਲਚੇ, ਦੈਨ ਤਸਲੇ, ਦੈਨ ਬੈਂਬੂ ਉਹਦੇ, ਤਾਂ ਜੋ ਪਿੰਡਾਂ 'ਚ ਜਿਹੜੀ ਗਾਰ ਪਈ ਹੈ, ਕਿਉਂਕਿ ਹੁਣ ਬਿਮਾਰੀ ਫੈਲਣ ਦਾ ਜਾਂ ਡਰ ਜੇ ਰਹਿੰਦਾ, ਉਸੀ ਡਰ ਅਸੀਂ ਇੱਕ ਵੀ ਬੰਦੇ ਨੂੰ ਬਿਮਾਰ ਜਾਂ ਕਿਸੇ ਨੂੰ ਹਿਊਮਨ ਲੋਸ ਨਹੀਂ ਹੋਣ ਦੇਣਾ, ਅਸੀਂ ਉੱਥੇ ਮੌਕੇ 'ਤੇ ਜਾ ਕੇ ਹੁਣ ਆਪ ਤੁਹਾਡੇ ਨਾਲ ਚੱਲੇ ਹਾਂ, ਅਸੀਂ ਉੱਥੇ ਜਾ ਕੇ ਪਿੰਡ ਨੂੰ ਗਾਰ ਸਾਫ਼ ਕਰਾਵਾਂਗੇ ਇਹਨਾਂ ਦੇ ਨਾਲ, ਔਰ ਤਾਂ ਜੋ ਪਿੰਡ ਸਾਡੇ ਸਾਫ਼ ਹੋਣ। ਜੇ ਪਿੰਡ ਸਾਫ਼ ਹੈ ਤਾਂ ਇਹ ਆਪਣਾ ਜਲ ਜੀਵਨ ਤਾਂ ਹੀ ਇਹ ਮੁੜ ਪਟੜੀ 'ਤੇ ਆਉਣਗੇ। ਇਸੇ ਤਰੀਕੇ ਨਾਲ ਪਿੰਡਾਂ 'ਚ ਕਈ ਥਾਵਾਂ 'ਤੇ ਆਪਣਾ ਛੱਪੜ ਬਣਿਆ ਹੋਇਆ, ਪਾਣੀ ਖੜ੍ਹ ਗਿਆ, ਉੱਥੇ ਮੱਛਰ ਪੈਦਾ ਹੁੰਦਾ, ਉਹਦੇ ਤਹਿਤ ਅਸੀਂ ਡੇਂਗੂ ਦੇ ਜਿਹੜੇ ਟੈਸਟ ਕਰਾਉਣੇ ਸ਼ੁਰੂ ਹੋ ਗਏ ਹੈ, ਸੈਂਪਲਿੰਗ ਸ਼ੁਰੂ ਹੋ ਗਈ ਹੈ ਸਾਡੀ ਕੱਲ੍ਹ ਤੋਂ।
ਅਸੀਂ ਉਹਨਾਂ ਥਾਵਾਂ 'ਤੇ ਮਿੱਟੀ ਦਾ ਤੇਲ ਜਿਹੜਾ ਮਿੱਟੀ ਦਾ ਤੇਲ ਅਸੀਂ ਸੁੱਟ ਰਹੇ ਹਾਂ ਕਿਉਂਕਿ ਜਦੋਂ ਮਿੱਟੀ ਦਾ ਤੇਲ ਹੈ ਪਾਣੀ ਦੇ ਤਹਿ ਦੇ ਉੱਪਰ ਰਹਿ ਜਾਂਦਾ ਅਤੇ ਮੱਛਰ ਪੈਦਾ ਨਹੀਂ ਹੁੰਦਾ ਸੋ ਮੱਛਰ ਨਹੀਂ ਪੈਦਾ ਹੋਏਗਾ ਮਲੇਰੀਆ ਡੇਂਗੂ ਸ਼ੈਂਗੂ ਨਹੀਂ ਹੋਣਗੇ ਇਸੇ ਤਰੀਕੇ ਨਾਲ ਦੂਜਾ ਸ਼ਾਮੀ ਸੂਰਜ ਛੁੱਪਣ ਤੋਂ ਬਾਅਦ ਅਸੀਂ ਫੋਗਿੰਗ ਸਾਡੀਆਂ 9 ਟੀਮਾਂ ਜਿਹੜੀਆਂ ਹੈ ਅਸੀਂ ਫਗਵਾੜਾ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ ਉਹ ਆ ਕੇ ਫੋਗਿੰਗ ਦੇ ਕੰਮ ਚੱਲ ਰਿਹਾ ਉਹ ਫੋਗਿੰਗ ਸ਼ਾਮ ਵੇਲੇ ਹੈ ਫਿਰ ਅਸੀਂ ਤਕਰੀਬਨ 15 ਪੀਣ ਵਾਲੇ ਪਾਣੀ ਦੇ ਸਵੱਛ ਪਾਣੀ ਦੇ ਟੈਂਕਰ ਅਸੀਂ ਆਪਣਾ ਕਮਿਸ਼ਨਰ ਅੰਮ੍ਰਿਤਸਰ ਕਮਿਸ਼ਨਰ ਲੁਧਿਆਣਾ ਅਸੀਂ ਫਿਰੋਜ਼ਪੁਰ ਤੋਂ ਅਸੀਂ ਟੈਂਕਰ 15-16 ਮੰਗਾਏ ਨੇ ਜਿਹੜੇ ਪੀਣ ਵਾਲੇ ਪਾਣੀ ਦੀ ਸਵੱਛ ਸੇਵਾ ਕਰ ਰਹੇ ਨੇ ਪਹਿਲਾਂ ਅਸੀਂ ਕੈਨ ਲਾਏ ਸੀ 20 ਲੀਟਰ ਦੇ ਹੁਣ ਸਾਡੇ ਟੈਂਕਰ ਨੇ ਉੱਥੇ ਚੜ ਰਹੇ ਨੇ ਤਾਂ ਜੋ ਸਵੱਛ ਪਾਣੀ ਮਿਲੇਗਾ ਲੋਕ ਸਵੱਛ ਰਹਿਣਗੇ ਸੋ ਇਹ ਸਾਰੇ ਮਈਅਰ ਜਿਹੜੇ ਨੇ ਕਿਉਂਕਿ ਇਸੇ ਵਾਸਤੇ ਇਹ ਹੈ ਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਇੱਕ ਵੀ ਬੰਦਾ ਜਿਹੜਾ ਉਹ ਟ੍ਰਬਲ 'ਚ ਰਹੇ ਤਾਂ ਫਿਰ ਵੀ ਅਸੀਂ ਜੇ ਕੋਈ ਇੱਕ ਅੱਧਾ ਬੰਦਾ ਕੋਈ ਰਹਿੰਦਾ ਵੀ ਹੈ ਸਾਡਾ ਨੰਬਰ ਸਾਡਾ ਕੰਟੈਕਟ ਹਾਜ਼ਰ ਹੈ ਔਰ ਮੈਂ ਸਵੈ ਜਿਹੜੀਆਂ ਐਨ ਜੀ ਓਜ਼ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਤੁਹਾਡੇ ਨਾਲ ਅਪੀਲ ਵੀ ਕਰਨਾ ਕਿ ਸੁੱਕਾ ਰਾਸ਼ਨ ਨਾ ਲੈ ਕੇ ਆਓ ਔਰ ਸਾਡੇ ਕੋਲ ਉਹਨਾਂ ਨੂੰ ਅਸੀਂ ਪੈਕਟ ਹੀ ਲੈ ਕੇ ਆ ਰਹੇ ਨੇ ਅੱਜ ਸੰਗਤ ਕੋਈ ਚੰਡੀਗੜ੍ਹੋਂ ਆ ਰਹੀ ਹੈ ਕੋਈ ਮੋਹਾਲੀ ਤੋਂ ਆ ਰਹੇ ਨੇ ਕੋਈ ਸਾਡੇ ਆਪਣਾ ਹਜ਼ੂਰ ਸਾਹਿਬ ਤੋਂ ਆਏ ਨੇ ਸੋ ਅਲੱਗ ਅਲੱਗ ਥਾਵਾਂ ਤੋਂ ਸਾਡੀ ਸੰਗਤਾਂ ਜਿਹੜੀਆਂ ਨੇ ਇਹ ਸਾਡਾ ਤੁਸੀਂ ਦੇਖ ਰਹੇ ਹੋ ਇਹ ਸਾਡਾ ਭੰਡਾਰ ਸੁਲਤਾਨਪੁਰ ਲੋਧੀ ਦਾ ਸੈਂਟਰ ਬਣਿਆ ਜਿੱਥੇ ਕਿ ਸਾਡੇ ਅਫਸਰ ਸੀ SDM PCS ਰੈਂਕ ਦੇ ਅਫਸਰ ਜਿਹੜੇ ਨੇ ਉਹ ਇੰਚਾਰਜ ਲਗਾਏ ਨੇ ਜਿਹੜੇ ਕਿ ਸਾਡੇ ਕੈਟਲ ਫੀਡ ਜਿੱਥੋਂ ਜਿੱਥੋਂ ਕੋਈ ਆ ਰਹੀ ਹੈ ਈਵਨ ਵਰਲਡ ਪੰਜਾਬੀ ਆਰਗਨਾਈਜੇਸ਼ਨ ਉਹਨਾਂ ਨੇ ਵੀ ਸਾਨੂੰ ਅੱਜ ਸ਼ਾਮ ਵੇਲੇ 400 ਪੈਕਟ ਬਣਿਆ ਬਣਿਆ ਭੇਜ ਰਹੇ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਪੀਲ ਕਰਦਾ ਇਸ ਸਮੇਂ ਵਿੱਚ ਜੁੜ ਕੇ ਆਪਾਂ ਆਪਸ 'ਚ ਕੋਈ ਗਲਤੀ ਨਾ ਕੱਢੀਏ ਰਲ ਕੇ ਆਪਾਂ ਸੁਝਾਅ ਦੇਈਏ ਕਿ ਇਸ ਤਰ੍ਹਾਂ ਹੋਰ ਕਿਵੇਂ ਲੋਕਾਂ ਦੀ ਸੇਵਾ ਅੱਛੀ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ।